वाहेगुरु जी का खालसा वाहेगुरु जी की फतेह। गुरु रूप गुरु खालसा सात संगत जी, आप जी के चरणों च बेनती करनी है ते सारे रागी सिंह श्री दरबार साहब दे आप जी दे सानू पेश होए ने भी जो सूबे दे हालात पंजाब दे हालात ने ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਨੇ। ਪਹਿਲਾਂ ਤੇ ਸਾਰਿਆਂ ਨੂੰ ਪਤਾ ਸੀਗਾ ਵੀ ਕੇਂਦਰ ਦੀਆਂ ਸਰਕਾਰਾਂ ਦੀ ਜੋ ਨੀਤੀ ਘੱਟ ਗਿਣਤੀਆਂ ਵਾਸਤੇ ਰਹੀ ਹੈ, ਖਾਸ ਕਰਕੇ ਸਿੱਖਾਂ ਵਾਸਤੇ ਰਹੀ ਹੈ, ਉਹ ਤੋਂ ਆਪਾਂ ਸਾਰੇ ਜਾਣੂ, ਭਾਵੇਂ 84 ਦਾ ਦੌਰ ਲੈ ਲਈਏ ਭਾਵੇਂ ਅੱਜ ਦਾ ਦੌਰ ਲੈ ਲਈਏ, ਇਹਨਾਂ ਦੀ ਨੀਤੀ ਸੇਮ ਹੀ ਰਹੀ ਹੈ, ਜਿੱਥੇ ਸਾਡਾ ਬੜਾ ਨੁਕਸਾਨ ਹੁੰਦਾ ਆਇਆ ਤੇ ਹੋ ਵੀ ਰਿਹਾ ਹੈ। ਤੇ ਸੂਬੇ ਦੀ ਮਾਨ ਸਰਕਾਰ ਜਿਹਦਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਵੀ ਇਹਨਾਂ ਦੀ ਜਿਹੜੀ ਪੱਗ ਆ ਉਹ ਨਕਲੀ ਆ, ਇਹਨਾਂ ਦੀ ਪੱਗ ਥੱਲੇ ਸਿੱਖੀ ਨਹੀਂ ਹੈਗੀ, ਇਹ ਪੂਰਾ ਚਿਹਰਾ ਇਹਨਾਂ ਦਾ ਬੇਨਕਾਬ ਹੋ ਗਿਆ। ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਜਿਹੜਾ ਪਰਿਵਾਰ ਹੈ ਉਹ ਤੇ ਤਸ਼ੱਦਦ ਹੋ ਰਿਹਾ, ਭਾਈ ਸਾਹਿਬ ਤੇ ਤਸ਼ੱਦਦ ਹੋ ਰਿਹਾ, ਅੱਜ ਤੱਕ ਇਹ ਨਹੀਂ ਦਿਖਾਇਆ ਜਾ ਰਿਹਾ ਭਾਈ ਸਾਹਿਬ ਕਿੱਥੇ ਆ, ਕਿ ਉਹਨਾਂ ਦਾ ਹੱਕ ਨਹੀਂ ਬਣਦਾ ਕਾਨੂੰਨ ਦੇ ਤਹਿਤ ਵੀ ਦੱਸਿਆ ਜਾਵੇ ਵੀ ਉਹਨਾਂ ਨਾਲ ਕੀ ਹੋ ਰਿਹਾ, ਪਰਿਵਾਰ ਨੂੰ ਦੱਸਿਆ ਜਾਵੇ, ਉਹਨਾਂ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ। ਇੱਥੋਂ ਪਤਾ ਲੱਗਦਾ ਵੀ ਸੂਬਾ ਸਰਕਾਰ ਦਿੱਲੀ ਦੀ ਹੱਥ ਟੋਕੀ ਬਣੀ ਆ, ਜੋ ਦਿੱਲੀ ਤੋਂ ਹੁਕਮ ਹੁੰਦਾ ਉਹੀ ਮੰਨਿਆ ਜਾਂਦਾ, ਉਸੇ ਤਰ੍ਹਾਂ ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤਾ ਜਾਂਦਾ। ਤੇ ਸਾਰੇ ਰਾਗੀ ਸਿੰਘ ਦਰਬਾਰ ਸਾਹਿਬ ਦੇ ਇਸ ਸਰਕਾਰ ਦੀ ਨੀਤੀ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ, ਮਾਨ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਹਾਂ ਬਈ ਆਪਣੀਆਂ ਹਰਕਤਾਂ ਤੋਂ ਬਾਜ਼ ਆਓ, ਪਰਿਵਾਰ ਨੂੰ ਪੂਰੀ ਜਾਣਕਾਰੀ ਦਿਓ, ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੰਘਾਂ ਨੂੰ ਰਿਹਾ ਕਰੋ ਸਾਰਿਆਂ ਨੂੰ, ਜਿਹੜੇ ਕੇਸ ਤੁਸੀਂ ਝੂਠੇ ਪਾ ਰਹੇ ਹੋ ਇਥੋਂ ਬਾਜ਼ ਆਓ, ਨਹੀਂ ਤੇ ਅੱਜ ਆਪਾਂ ਬਿਆਨ ਤੇ ਦੇ ਰਹੇ ਹਾਂ, ਇਸ ਤੋਂ ਬਾਅਦ ਅਸੀਂ ਬਿਆਨਾਂ ਤੱਕ ਸੀਮਤ ਨਹੀਂ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਆਂ ਦਾ ਇਕੱਠੇ ਹੋਣ ਦਾ ਹੈ, ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਹੋਇਆ ਹੈ, ਇਹ ਸਿੱਖ ਬੱਚੇ ਦੇ ਨਾਲ ਹੋਇਆ ਹੈ, ਜੋ ਅੱਜ ਫੈਸਲੇ ਅਸੀਂ ਲਏ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ, ਜੇ ਇਹ ਪੰਜਾਬ ਸਰਕਾਰ ਸੈਂਟਰ ਸਰਕਾਰ ਨੇ ਜੇ ਇਹਨਾਂ ਨੂੰ ਨਾ ਰਿਹਾ ਕੀਤਾ ਨਾ ਦੱਸਿਆ, ਅਤੇ ਜੋ ਰਾਗੀ ਸਿੰਘ ਅੱਗੇ ਅਸੀਂ ਫੈਸਲੇ ਲਵਾਂਗੇ, ਜੋ ਵੀ ਅਸੀਂ ਅਲੀਕਾਂਗੇ, ਗੁਰੂ ਦੀਆਂ ਸੰਗਤਾਂ ਜਿੰਨੇ ਵੀ ਜੋ ਨਗਰਾਂ ਦੇ ਵਿੱਚ ਸੰਗਤਾਂ ਨੇ ਉਹ ਸਾਰੇ ਰਾਗੀ ਸਿੰਘਾਂ ਦਾ ਸਾਰਿਆਂ ਦਾ ਸਾਥ ਦੇ ਕੇ ਆਪਾਂ ਜੋ ਵੀ ਅੱਗੇ ਤੋਂ ਲਿਖਾਂਗੇ ਤੁਸੀਂ ਸਾਰਿਆਂ ਦੇ ਨਾਲ ਸਾਥ ਚੱਲਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸ਼੍ਰੋਮਣੀ ਰਾਗੀ ਸਭਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਰੇ ਵੀਰਾਂ ਨੇ ਇੱਕ ਮਤ ਹੋ ਕੇ ਇਹ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਔਰ ਬਾਕੀ ਸਿੰਘਾਂ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ, ਉਸੇ ਤੇ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਔਰ ਹਕੂਮਤ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਗੈਰ ਕਾਨੂੰਨੀ ਜਿਹੜੇ ਕਾਨੂੰਨ ਬਣਾਏ ਗਏ ਨੇ, ਅੰਮ੍ਰਿਤ ਸੰਚਾਰ ਕਰਨਾ, ਨਸ਼ੇ ਛਡਾਉਣੇ, ਇਹ ਗਲਤ ਹਨ। ਅਸੀਂ ਸਾਰੇ ਧਰਮ ਪ੍ਰਚਾਰ ਹੀ ਕਰਦੇ ਹਾਂ, ਅਸੀਂ ਵੀ ਅੰਮ੍ਰਿਤ ਛਕਾਉਂਦੇ ਹਾਂ, ਨਸ਼ਿਆਂ ਦੇ ਖਿਲਾਫ਼ ਬੋਲਦੇ ਹਾਂ, ਅਤੇ ਇਹ ਕੋਈ ਕਾਨੂੰਨ ਬਣਦਾ ਨਹੀਂ ਹੈ ਜਿਹੜਾ ਧੱਕੇ ਨਾਲ ਠੋਸਿਆ ਜਾ ਰਿਹਾ ਭਾਈ ਅੰਮ੍ਰਿਤਪਾਲ ਸਿੰਘ 'ਤੇ, ਇਹ ਕੋਈ ਕਾਨੂੰਨ ਨਹੀਂ ਬਣਦਾ। ਪਹਿਲਾਂ ਉਹਨਾਂ ਨੂੰ ਇੱਥੇ ਜਿਹੜੇ ਸੀ ਬੁਲਾਉਣਾ ਚਾਹੀਦਾ ਸੀ, ਉਹਨੂੰ ਪਿੰਡੋਂ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ, ਜੋ ਨਹੀਂ ਕੀਤਾ, ਜਿੱਥੋਂ ਸਾਨੂੰ ਸ਼ੱਕ ਪੈਂਦਾ ਵੀ ਇਹ ਸਾਰੀ ਸੋਚੀ ਸਮਝੀ ਸਕੀਮ ਹੈ। ਕਿਰਪਾ ਕਰਕੇ ਸਾਰਿਆਂ ਨੂੰ ਇਹ ਸਾਰਿਆਂ ਦੀ ਬੇਨਤੀ ਹੈ ਵੀ ਉਹਨਾਂ ਨੂੰ ਰਿਹਾਅ ਕਰਨਾ ਚਾਹੀਦਾ, ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ, ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਨਿਆਂ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।